ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟ੍ਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅੱਜ ਸਾਡਾ ਹਫ਼ਤੇ ਦਾ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੈ ਤੇ ਪਰਸੋਂ ਨੂੰ ਯਾਨੀ ਕਿ 10 ਦਸੰਬਰ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਜਿਹੜਾ ਯੂਨਾਈਟਿਡ ਨੇਸ਼ਨਸ ਵੱਲੋਂ ਸਥਾਪਿਤ ਕੀਤਾ ਗਿਆ ਉਹ ਇੱਕ ਸਨਮਾਨਿਤ ਦਿਨ ਹੈ, ਮਾਨਤਾ ਪ੍ਰਾਪਤ ਦਿਨ ਹੈ। ਅੱਜ ਅਸੀਂ ਹਿਊਮਨ ਰਾਈਟਸ ਦੇ ਇਸ਼ੂ ਨੂੰ ਚੂਜ਼ ਕੀਤਾ ਵਿਚਾਰ ਚਰਚਾ ਦੇ ਲਈ। ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲੀ ਗਲੋਬਲੀ ਅੱਜ ਕਿੱਦਾਂ ਦਾ ਮਾਹੌਲ ਬਣਿਆ ਹੋਇਆ, ਉਦੋਂ ਭਾਰਤ ਦੇ ਵਿੱਚ ਵੀ ਤੇ ਖਾਸ ਤੌਰ 'ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਨੇ। ਸੋ ਐਗਜੈਕਟਲੀ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਇਹਦੀ ਕੀ ਅਹਿਮੀਅਤ ਹੈ, ਕੀ ਇਹਦਾ ਪਿਛੋਕੜ ਹੈ ਅਤੇ ਕੀ ਇਹਦੀ ਮਹੱਤਤਾ ਹੈ, ਇਸ ਬਾਰੇ ਅਸੀਂ ਅੱਜ ਖਾਸ ਤੌਰ 'ਤੇ ਗੱਲਬਾਤ ਕਰਾਂਗੇ। ਇਸ ਸਾਰੇ ਪਾਠ ਨੂੰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਵਿਚਾਰਾਂਗੇ। ਅੱਜ ਦੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮਿਹਰਬਾਨੀ ਅਮਰਦੀਪ ਸਿੰਘ ਜੀ। ਜੀ ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਬਾਰੇ ਗੱਲ ਕਰੀਏ, ਜੇ ਤੁਸੀਂ ਥੋੜਾ ਜਿਹਾ ਸਾਨੂੰ ਇਸ ਦੇ ਪਿਛੋਕੜ ਬਾਰੇ ਦੱਸ ਸਕੋ ਤੇ ਨਾਲ ਜਿਵੇਂ ਮੈਂ ਕਿਹਾ ਕਿ ਇਹਦੀ ਅਹਿਮੀਅਤ ਕੀ ਹੈਗੀ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੀ, ਇਹਦੀ ਮਹੱਤਤਾ ਕੀ ਹੈ ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਸਿੱਖ ਫਲਸਫੇ ਦੇ ਵਿੱਚ ਹਿਊਮਨ ਰਾਈਟਸ ਦੀ ਕੀ ਅਹਿਮੀਅਤ ਹੈ, ਕੀ ਇਹਦਾ ਮਤਲਬ ਹੈ, ਕਨਸੈਪਟ ਕੀ ਹੈ ਹਿਊਮਨ ਰਾਈਟਸ ਦਾ ਸਿੱਖ ਫਲਸਫੇ ਦੇ ਵਿੱਚ? ਹਾਂਜੀ, ਦੇਖੋ ਹਿਊਮਨ ਰਾਈਟਸ ਦੀ ਐਕਸਪਲੋਇਟੇਸ਼ਨ ਜਿਹੜੀ ਹੈਗੀ ਆ ਉਹ ਹਮੇਸ਼ਾ ਹੁੰਦੀ ਆਈ ਆ, ਮੀਡੀਵਲ ਟਾਈਮਸ ਵੀ, ਏਂਸ਼ੀਅੰਟ ਟਾਈਮਸ ਦੇ ਵਿੱਚ ਵੀ, ਮਾਡਰਨ ਟਾਈਮਸ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਹੋ ਗਈ। ਉਹਦਾ ਇੱਕ ਕਾਰਨ ਆ ਜੀ ਕਿ ਨੇਸ਼ਨ ਸਟੇਟਸ, ਜਦੋਂ ਨੇਸ਼ਨ ਸਟੇਟਸ ਦੀ ਇਮਰਜੈਂਸ ਹੋਈ ਹੈ, ਇਹ ਕਨਸੈਪਟ ਇਵੋਲਵ ਹੋਇਆ, ਉਸ ਦੇ ਵਿੱਚ ਜਿਹੜੀ ਨੇਸ਼ਨ ਆ ਉਹ ਗੋਡੈਸ ਬਣ ਗਈ ਹੈ। ਕੋਈ ਵੀ ਬੰਦਾ ਆਪਣਾ ਡਿਸੈਂਟ ਜਾਂ ਪ੍ਰੋਟੈਸਟ ਦਿੰਦਾ ਕਿਸੇ ਵੀ ਕਿਸਮ ਦੀ ਜਿਹੜੀ ਨੇਸ਼ਨ ਦੀ ਐਕਟੀਵਿਟੀ ਆ, ਕੌਮ ਦੀ ਐਕਟੀਵਿਟੀ ਆ, ਸਟੇਟ ਦੀ ਐਕਟੀਵਿਟੀ ਆ, ਉਸ ਨੂੰ ਦੇਸ਼ ਦਰੋਹੀ ਕਹਿ ਕੇ ਗਰਦਾਨਿਆ ਜਾਂਦਾ ਔਰ ਉਸ ਦੇ ਉੱਤੇ ਬਹੁਤ ਜ਼ੁਲਮੋ ਸਿਤਮ ਹੁੰਦਾ। ਇਹ ਗੱਲ ਬੜੀ ਘਾਤਕ ਆ, ਇਹ ਨੀ ਵੀ ਹਿੰਦੁਸਤਾਨ ਦੇ ਵਿੱਚ ਹੀ, ਹਿੰਦੁਸਤਾਨ ਤੋਂ ਬਾਹਰ ਵੀ, ਪਰ ਖਾਸ ਤੌਰ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਜਿਹਨਾਂ ਦੀ ਸਿਆਸੀ ਆਵਾਜ਼ ਨੀ ਹੈ ਕਿਸੇ ਵੀ ਕੋਨੇ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ, ਉਹਨਾਂ ਨਾਲ ਤਾਂ ਮਤਲਬ ਜਿਹੜੀ ਬਹੁਤ ਹੀ ਜ਼ਿਆਦਾ ਜ਼ਾਬਤੀ ਹੁੰਦੀ ਆ, ਕਿਉਂਕਿ ਉਹ ਸਮਝਦੇ ਆ ਵੀ ਜਿਹੜੀ ਨੇਸ਼ਨ ਆ, ਨੇਸ਼ਨ ਸਟੇਟ ਆ, ਉਹ ਸਾਡੀ ਗੋਡੈਸ ਹੈ। ਜਿਹੜਾ ਗੋਡੈਸ ਨੂੰ ਕਿਸੇ ਕਿਸਮ ਦੀ ਅਪੋਜੀਸ਼ਨ ਕਰੇਗਾ ਜਾਂ ਡਿਸੈਂਟ ਦੇਗਾ ਜਾਂ ਕੋਈ ਉਹਦੀ ਮੁਖਾਲਫਤ ਕਰੇਗਾ, ਉਸ ਦੇ ਉੱਤੇ ਅਤਿਆਚਾਰ ਕਰਨਾ, ਉਸ ਤੇ ਜ਼ੁਲਮ ਕਰਨਾ, ਉਸ ਨੂੰ ਦਬਾਉਣਾ, ਇਹ ਸਾਡਾ ਲੈਜੀਟੀਮੇਟ ਰਾਈਟ ਆ, ਇਹ ਸਾਡਾ ਲੀਗਲ ਰਾਈਟ ਹੈ, ਇਹ ਸਾਡਾ ਮਤਲਬ ਧਾਰਮਿਕ ਰਾਈਟ ਆ। ਇਸ ਸਿਚੁਏਸ਼ਨ ਦੇ ਵਿੱਚ ਜਿਹੜੀਆਂ ਦੁਨੀਆਂ ਦੇ ਵਿੱਚ ਘੱਟ ਗਿਣਤੀਆਂ, ਖਾਸ ਤੌਰ ਤੇ ਜਿਸ ਤਰ੍ਹਾਂ ਸਿੱਖ ਆ, ਜਿਹਨਾਂ ਦੀ ਦੁਨੀਆਂ ਦੇ ਕਿਸੇ ਵੀ ਖਿੱਤੇ ਚ ਥੋੜੀ ਬਹੁਤੀ ਵੀ ਆਵਾਜ਼ ਨੀ ਹੈ ਪੋਲੀਟੀਕਲ, ਉਹਨਾਂ ਨੂੰ ਤਾਂ ਇਸ ਤਰੀਕੇ ਨਾਲ ਦਬਾਇਆ ਜਾਂਦਾ, ਇਹ ਕਹਿ ਕੇ ਕਿ ਟੈਰਰਿਸਟ ਹੈਗੇ, ਇਹ ਐਂਟੀ ਨੈਸ਼ਨਲ ਹੈਗੇ ਆ, ਇਹ ਨੇਸ਼ਨ ਨੂੰ ਤੋੜਨਾ ਚਾਹੁੰਦੇ ਆ, ਇਸ ਕਿਸਮ ਦੇ ਉਹਨਾਂ ਤੇ ਪਹਿਲਾਂ ਤਾਂ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਨਾ ਇੰਗਲਿਸ਼ ਈਡੀਅਮ, ਗਿਵ ਦਾ ਡੌਗ ਏ ਬੈਡ ਨੇਮ ਐਂਡ ਦੈਨ ਕਿਲ ਹਿਮ, ਮਤਲਬ ਐਗਜੈਕਟਲੀ ਉਸੇ ਤਰੀਕੇ ਨਾਲ, ਮਤਲਬ ਉਸੇ ਤਰੀਕੇ ਨਾਲ ਘੱਟ ਗਿਣਤੀ ਨਾਲ ਸਾਰੀ ਦੁਨੀਆਂ ਦੇ ਵਿੱਚ ਹੋ ਰਿਹਾ, ਖਾਸ ਤੌਰ ਤੇ ਸਿੱਖਾਂ ਨਾਲ, ਕਿਉਂਕਿ ਸਿੱਖਾਂ ਦੀ ਤਾਂ ਕਿਸੇ ਪਾਸੇ ਦੁਨੀਆਂ 'ਚ ਕੋਈ ਆਵਾਜ਼, ਸਿਆਸੀ ਆਵਾਜ਼ ਨਹੀਂ ਹੈ, ਕੋਈ ਸਿਆਸੀ ਉਹਨਾਂ ਦੀ ਜਗ੍ਹਾ ਨਹੀਂ ਹੈ ਜਿੱਥੋਂ ਕੋਈ ਉਹ ਆਵਾਜ਼ ਬੁਲੰਦ ਕਰ ਸਕਣ। ਸੋ ਇਸ ਕਰਕੇ ਸਾਡੇ ਸੰਦਰਭ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਦੀ ਨੀ ਗੱਲ, ਅੰਗਰੇਜ਼ਾਂ ਨੇ ਵੀ ਸਾਨੂੰ ਐਕਸਪਲੋਇਟ ਕੀਤਾ, ਪਰ ਉਹ ਬਸਤੀਵਾਦੀ ਰਾਜ ਸੀ, ਬਸਤੀਵਾਦੀ ਰਾਜ ਦੀਆਂ ਕੋਈ ਆਪਣੀਆਂ ਲਿਮਿਟੇਸ਼ਨ ਹੁੰਦੀਆਂ, ਜਦੋਂ ਕਿਸੇ ਕਿਸਮ ਦਾ ਰਿਪਰੈਸ਼ਨ ਕਰਦੇ ਆ ਕਿਸੇ ਦੇ ਉੱਤੇ, ਉਹ ਕਹੇ ਉਹ, ਕਿਉਂਕਿ ਉਹਨਾਂ ਕੋਲ ਲੈਜੀਟੀਮੇਸੀ ਨਹੀਂ ਹੁੰਦੀ ਸਟੇਟ ਦੀ, ਪਰ 1947 ਤੋਂ ਬਾਅਦ ਹਿੰਦੁਸਤਾਨ ਨੇ ਆਪਣੇ ਆਪ ਨੂੰ ਨੇਸ਼ਨ ਸਟੇਟ ਬਣਾ ਕੇ ਇੱਕ ਲੈਜੀਟੀਮੇਸੀ ਕਰ ਦਿੱਤੀ ਕਿ ਸਾਡੀ ਤਾਂ ਇਹ ਭਾਰਤ ਮਾਤਾ ਹੈਗੀ ਹੈ।
ਔਰ ਇਹ ਭਾਰਤ ਮਾਤਾ ਦੇ ਜਿਹੜਾ ਵੀ ਖਿਲਾਫ਼ ਬੋਲੇਗਾ, ਜਿਹੜਾ ਉਸਦੀ ਕੋਈ ਡਿਸੈਂਟ ਦੇਗਾ, ਕੋਈ ਪ੍ਰੋਟੈਸਟ ਕਰੇਗਾ, ਉਸ ਨੂੰ ਅਸੀਂ ਕੁਚਲ ਦੇਵਾਂਗੇ, ਉਸ ਨੂੰ ਅਸੀਂ ਮਤਲਬ ਐਲੀਮੀਨੇਟ ਹੀ ਕਰ ਦਾਂਗੇ, ਖਤਮ ਹੀ ਕਰ ਦਾਂਗੇ, ਉਸਦਾ ਵਜੂਦ ਹੀ ਖਤਮ ਕਰ ਦਾਂਗੇ ਜੀ। ਇਸ ਕਿਸਮ ਦੀ ਪਾਲਿਸੀ ਦੇ ਨਾਲ ਹਿੰਦੁਸਤਾਨ ਦੇ ਵਿੱਚ 1947 ਤੋਂ ਲਗਾਤਾਰ ਦਿਨ ਬ ਦਿਨ ਉਸਦੀ ਉਹ ਵਧਦੀਆਂ ਜਾ ਰਹੀਆਂ ਜਿਹੜੀਆਂ ਜ਼ਾਬਤੀਆਂ ਘੱਟ ਗਿਣਤੀਆਂ ਦੇ ਨਾਲ, ਮਤਲਬ ਘਟਣ ਦਾ ਕਿਤੇ ਸਕੋਪ ਹੈ ਹੀ ਨੀ ਜੀ। ਹੁਣ ਤਾਂ ਮਤਲਬ ਗੱਲ ਇੰਨੀ ਹੱਦੋਂ ਵੱਧ ਚੁੱਕੀ ਆ ਕਿ ਸਿੱਧੇ ਤੌਰ ਤੇ ਹਿੰਦੂ ਰਾਸ਼ਟਰ ਨੂੰ ਕਹਿ ਕੇ ਤੇ ਭਾਰਤ ਮਾਤਾ ਦੇ ਨਾਂ ਦੇ ਉੱਤੇ ਉਹ ਮਤਲਬ ਇੰਨੀਆਂ ਜ਼ਾਬਤੀਆਂ ਕਰ ਰਹੇ ਆ, ਇੰਨਾ ਰਿਪਰੈਸ਼ਨ ਕਰ ਰਹੇ ਆ, ਇੰਨਾ ਲੋਕਾਂ ਤੇ ਜ਼ੁਲਮੋ ਸਿਤਮ ਕਰ ਰਹੇ ਆ, ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਿਲ ਹੈ। ਤੁਸੀਂ ਬਾਕੀ ਤਾਂ ਦੇਖਿਆ ਹੀ ਹੋਣਾ ਪਹਿਲਾਂ ਸਾਡੇ ਨਾਲ ਕੀ ਹੋਇਆ, ਬਲੂ ਸਟਾਰ ਤੋਂ ਪਹਿਲਾਂ ਕੀ ਸ਼ੁਰੂ ਤੋਂ ਹੀ ਜੀ ਪੰਜਾਬੀ ਸਪੀਕਿੰਗ ਸਟੇਟ ਦੇ ਪ੍ਰੋਟੈਸਟ ਤੋਂ ਲੈ ਕੇ 1947 ਦੇ ਵਿੱਚ ਜੋ ਸਾਡਾ ਕਤਲੋਗਾਰਤ ਹੋਇਆ, ਸਾਡੀ ਟੋਟਲ ਆਬਾਦੀ ਦਾ 2% ਖਤਮ ਕਰ ਦਿੱਤਾ ਗਿਆ, ਐਲੀਮੀਨੇਟ ਕਰਤਾ, ਔਰ 40% ਸਾਡੀ ਆਬਾਦੀ ਉੱਜੜ ਕੇ ਸੜਕਾਂ ਦੇ ਉੱਤੇ ਰੁੜਨ ਲੱਗ ਗਈ ਇੱਧਰਲੇ ਪਾਸੇ ਆ ਕੇ। ਤੋ ਇਸ ਕਿਸਮ ਦੀ ਕਿਸੇ ਕੌਮ ਦੇ ਨਾਲ ਐਡੇ ਵੱਡੇ ਸਕੇਲ ਤੇ ਜਿਹੜੀ ਜ਼ਾਬਤੀ ਆ ਉਹ ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਸ਼ਾਇਦ ਹੀ ਕਿਤੇ ਮਿਲਦੀ ਹੋਵੇ। ਉਸ ਤੋਂ ਬਾਅਦ 1947 ਤੋਂ ਬਾਅਦ ਲਗਾਤਾਰ ਮਤਲਬ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਜੇ ਉਹ ਡਿਸਕ੍ਰਿਮੀਨੇਸ਼ਨ ਨੂੰ ਪੁਆਇੰਟ ਆਊਟ ਕਰਦੇ ਆ ਤਾਂ ਉਹਨਾਂ ਨੂੰ ਐਂਟੀ ਨੇਸ਼ਨ ਕਰਾਰ ਦਿੱਤਾ ਜਾਂਦਾ ਔਰ ਉਹ ਕਰਾਰ ਦੇ ਕੇ ਉਹਨਾਂ ਤੇ ਰਿਪਰੈਸ਼ਨ ਹੁੰਦਾ। ਤੋ ਇਹ ਬੜੀ ਇੱਕ ਕਿਸਮ ਦੀ ਐਸੀ ਸਿਚੁਏਸ਼ਨ ਬਣੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਸਾਹ ਲੈਣਾ ਵੀ ਤੁਹਾਨੂੰ ਮੁਸ਼ਕਿਲ ਆ ਜੀ। ਕੋਈ ਐਸ ਔਰ ਫਿਰ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨਾਂ ਦੀ ਐਂਟਰੀ ਬੈਨ ਕੀਤੀ ਜਾਂਦੀ ਹੈ ਤਾਂ ਕਿ ਉਹ ਆ ਕੇ ਕੋਈ ਕਿਸੇ ਕਿਸਮ ਦਾ ਉਹਨਾਂ ਦੇ ਦੁਖਾਂਤ ਦਾ, ਉਹਨਾਂ ਦੀਆਂ ਤਕਲੀਫਾਂ ਦਾ, ਉਹਨਾਂ ਦੇ ਉੱਤੇ ਹੋ ਰਹੇ ਜ਼ੁਲਮੋ ਸਿਤਮ ਨੂੰ ਦੀ ਆਵਾਜ਼ ਵੀ ਬਾਹਰ ਨਾ ਕੱਢ ਸਕਣ। ਇਹ ਲਗਾਤਾਰ ਚੱਲਦਾ ਆ ਰਿਹਾ ਸਿੱਖਾਂ ਦੇ ਨਾਲ। ਜੇ ਤੁਹਾਨੂੰ ਮੈਂ ਥੋੜਾ ਜਿਹਾ ਬਰੀਫਲੀ 2-3 ਮਿੰਟ ਦੇ ਵਿੱਚ ਇਤਿਹਾਸ ਦੱਸਦੇ ਹਾਂ, ਪੰਜਾਬ ਹਰ ਜਿਹੜੀ 14 ਲੈਂਗੁਏਜਿਸ ਰੈਕਗਨਾਈਜ਼ ਸੀਗੀਆਂ, ਹਿੰਦੁਸਤਾਨ ਚ ਪੰਜਾਬੀ ਵੀ ਉਹਦੇ ਚ ਰੈਕਗਨਾਈਜ਼ ਸੀ ਔਰ ਦੂਜੀਆਂ ਲੈਂਗੁਏਜਿਸ ਦੇ ਬੇਸਿਸ ਦੇ ਉੱਤੇ ਜਿਸ ਤਰ੍ਹਾਂ ਕਮਿਟਮੈਂਟ ਕੀਤੀ ਸੀ ਕਾਂਗਰਸ ਪਾਰਟੀ ਨੇ ਪ੍ਰੀ ਪਾਰਟੀਸ਼ਨ ਡੇਜ਼ ਦੇ ਵਿੱਚ ਵੀ ਜਦੋਂ ਹਿੰਦੁਸਤਾਨ ਤੋਂ ਅੰਗਰੇਜ਼ ਜਾਣਗੇ ਤਾਂ ਅਸੀਂ ਲਿੰਗੁਇਸਟਿਕ ਬੇਸਿਸ ਦੇ ਉੱਤੇ ਡਿਮਾਰਕੇਸ਼ਨ ਸਾਰੀਆਂ ਸਟੇਟਾਂ ਦੀ ਕਰਾਂਗੇ ਹਿੰਦੁਸਤਾਨ ਦੇ ਵਿੱਚ ਜੀ, ਪਰ ਪੰਜਾਬੀ ਦੀ ਨੀ ਕੀਤੀ ਉਹਨਾਂ ਨੇ। ਇਸ ਕਰਕੇ ਨੀ ਕੀਤੀ ਕਿ ਇਸ ਦੇ ਵਿੱਚ ਸਿੱਖ ਮੈਜੋਰਿਟੀ ਨਾ ਕਿਤੇ ਬਣ ਜਾ, ਕਿਉਂਕਿ ਉਹ ਹਮੇਸ਼ਾ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਹੀ ਦੇਖਦੇ ਰਹੇ ਆ, ਚਾਹੇ ਉਹ ਕਾਂਗਰਸ ਪਾਰਟੀ ਸੀ, ਚਾਹੇ ਉਹ ਜਵਾਹਰ ਲਾਲ ਨਹਿਰੂ ਸੀ, ਚਾਹੇ ਇੰਦਰਾ ਗਾਂਧੀ ਸੀ, ਚਾਹੇ ਰਾਜੀਵ ਗਾਂਧੀ ਸੀ, ਨਾ ਹੋਰ ਪ੍ਰਾਈਮ ਮਿਨਿਸਟਰ ਮੋਦੀ ਆ, ਦੂਸਰੇ ਜਿਹੜੇ ਲੀਡਰ ਹੈਗੇ, ਇਹਨਾਂ ਨੇ ਲਗਾਤਾਰ ਮਤਲਬ ਸਿੱਖਾਂ ਦੇ ਉੱਤੇ ਸ਼ੱਕ ਰੱਖਿਆ ਔਰ ਸਿੱਖਾਂ ਨੂੰ ਇਹ ਸਮਝਦੇ ਰਹੇ ਵੀ ਇਹ ਸਾਡੀ ਕੌਮ ਇਹ ਸਾਡੀ ਨੇਸ਼ਨ ਦੇ ਖਿਲਾਫ਼ ਆ ਔਰ ਸਾਨੂੰ ਖਤਰਾ ਇਹਨਾਂ ਤੋਂ ਹਰ ਕਿਸਮ ਦਾ, ਔਰ ਸਿੱਖ ਜਰਾਇਮ ਪੇਸ਼ਾ ਲੋਕ ਆ, ਇਹ ਮਤਲਬ ਕ੍ਰਿਮੀਨਲ ਕਿਸਮ ਦੀ ਟ੍ਰਾਈਬ ਆ ਔਰ ਇਹਨਾਂ ਨੂੰ ਕਦੇ ਵੀ ਮਤਲਬ ਮੇਨ ਸਟ੍ਰੀਮ ਦੇ ਵਿੱਚ ਨਾ ਐਕਸੈਪਟ ਕੀਤਾ ਜਾਵੇ। ਜੀ ਇੱਕ ਸੈਟਲਡ ਪਾਲਿਸੀ 1947 ਤੋਂ ਇੰਡੀਅਨ ਸਟੇਟ ਦੀ ਚੱਲ ਰਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਚਾਹੇ ਉੱਥੇ ਕਾਂਗਰਸ ਸਰਕਾਰ ਬਣ ਜਾਏ, ਚਾਹੇ ਉੱਥੇ ਬੀਜੇਪੀ ਦੀ ਬਣ ਜਾਏ ਜਾਂ ਹੋਰ ਕਿਸੇ ਪਾਰਟੀ ਦੀ ਬਣ ਜਾਏ। ਤੋ ਪੰਜਾਬੀ ਸੂਬੇ ਦਾ ਬਿਲਕੁਲ ਪੀਸਫੁਲ ਨਾਨ ਵਾਇਲੈਂਟ ਜਿਹੜਾ ਸੀ ਐਜੀਟੇਸ਼ਨ ਸੀ ਸਿੱਖਾਂ ਦਾ, ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ਾਬਤੀਆਂ ਕੀਤੀਆਂ ਗਈਆਂ। ਸੱਚਰ ਨੇ ਭੀਮ ਸੈਨ ਸੱਚਰ ਜਿਹੜਾ ਚੀਫ ਮਿਨਿਸਟਰ ਸੀ ਉਹਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜੀ ਸੀ। ਤੋ ਉਸ ਤੋਂ ਬਾਅਦ ਹੁਣ ਸਾਡੇ ਨਾਲ ਜਦੋਂ ਪੰਜਾਬੀ ਸਪੀਕਿੰਗ ਸਟੇਟ ਕਾਰਵਾਊਟ ਵੀ ਕੀਤੀ ਗਈ, ਉਸ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ ਗਏ, ਪੰਜਾਬ ਦੇ ਦਰਿਆਈ ਪਾਣੀਆਂ ਦੀ ਅਨਕੰਸਟੀਟਿਊਸ਼ਨੈਲਿਟੀ ਕੀਤੀ, ਹਿੰਦੁਸਤਾਨ ਦੇ ਕੰਸਟੀਟਿਊਸ਼ਨ ਨੂੰ ਇੰਪਲੀਮੈਂਟ ਹੀ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਬਾਰੇ। ਤੋ ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਖਰੀਦ ਲੈਂਦੇ ਆ ਉਹ, ਜਿਸ ਤਰ੍ਹਾਂ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਦੀ ਬੁੱਕਲ ਦੇ ਵਿੱਚ ਆ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਲੌਂਗੋ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਉਹ ਵੀ ਉਹਨਾਂ ਦੀ ਬੁੱਕਲ ਦੇ ਵਿੱਚ ਸੀ, ਕਿਉਂਕਿ ਉਹਨਾਂ ਨੇ ਰਾਜੀਵ ਲੌਂਗੋਵਾਲ ਅਕਾਊਂਟ ਜਿਹੜਾ ਟੋਟਲ ਸੈਲ ਆਊਟ ਆ ਪੰਜਾਬ ਦੇ ਇੰਟਰਸਟ ਦਾ, ਖਾਸ ਤੌਰ ਤੇ ਉੱਤੇ ਪਾਣੀਆਂ ਦੇ ਉੱਤੇ, ਔਰ ਪੰਜਾਬ ਦੀ ਇਕੋਨੋਮੀ ਨੂੰ ਤਬਾਹ ਕਰਨ ਦਾ ਇੱਕ ਮੀਲ ਪੱਥਰ ਆ ਉਹ। ਤੋ ਇਸੇ ਤਰੀਕੇ ਦੇ ਨਾਲ ਹੁਣ ਆਹ ਬਣੇ ਆ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਦਾ, ਜਿਸ ਦਿਨ ਇਸ ਬੰਦੇ ਨੇ ਪੰਜਾਬ ਦੇ ਬਤੌਰ ਪੰਜਾਬ ਦੇ ਚੀਫ ਮਿਨਿਸਟਰ ਦੇ ਸਹੁੰ ਖਾਧੀ, ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਉਸੇ ਦਿਨ ਹੀ ਇਸ ਬੰਦੇ ਨੇ ਬੁੱਕੇ ਲੈ ਕੇ KPS ਗਿੱਲ ਦੇ ਕੋਲ ਗਿਆ ਦਿੱਲੀ ਦੇ ਵਿੱਚ ਜੋ ਬਿਮਾਰ ਸੀ, ਤਾਂ ਉਸਦੇ ਕੋਲ ਇਸ
ਡਿਸਪੈਂਸਰੀ ਗੈਰ ਵਿਧਾਨਿਕ ਢੰਗ ਦੇ ਨਾਲ ਇੱਕ ਡਿਸਪੈਂਸਰੀ ਮੂਵੇਬਲ ਡਿਸਪੈਂਸਰੀ ਉੱਥੇ ਬਣਾ ਕੇ ਦਿੱਤੀ ਉਹਦੀ ਕੋਠੀ ਦੇ ਸਾਹਮਣੇ ਜਿੱਥੇ ਉਸਨੂੰ ਹਿੰਦੁਸਤਾਨ ਦੀ ਸਰਕਾਰ ਨੇ ਬਹੁਤ ਵੱਡੀ ਕੋਠੀ ਦਿੱਤੀ ਹੈ ਦਿੱਲੀ ਦੇ ਵਿੱਚ। ਤੋਂ ਉਸਨੂੰ ਬਹੁਤ ਸਨਮਾਨਿਤ ਕੀਤਾ ਗਿਆ। ਉਹ ਕਿਸ ਗੱਲ ਦਾ ਸੰਕੇਤ ਆ, ਇੱਕ ਆਦਮੀ ਉਹਨੂੰ ਇੰਨੀਆਂ ਅਥਾਰਟੀ ਦੇ ਕੇ ਸਿੱਖਾਂ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਐਕਸਟ੍ਰੀਮ ਤੌਰ ਤੇ ਉਸ ਬੰਦੇ ਨੇ ਐਕਸਪਲੋਇਟ ਕੀਤੀਆਂ, ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਹਲੇ ਤੱਕ ਵੀ ਉਹ ਕੇਸੇ ਚੱਲ ਰਹੇ ਆ। ਔਰ ਇਸ ਉਸ ਬੰਦੇ ਨੂੰ ਅਮਰਿੰਦਰ ਸਿੰਘ ਨੇ ਬਤੌਰ ਚੀਫ ਮਿਨਿਸਟਰ ਬਣ ਕੇ ਉਸਦੀ ਉਹ ਇੱਜ਼ਤ ਮਾਣ ਕੀਤਾ। ਜਦੋਂ ਉਸਦੀ ਡੈਥ ਹੋਈ ਤਾਂ ਇੱਕ ਸਪੈਸ਼ਲ ਟ੍ਰਿਬਿਊਟ ਉਸਨੂੰ ਪੇ ਕੀਤਾ ਗਿਆ ਇੱਕ ਰੈਜੋਲੂਸ਼ਨ ਪਾਸ ਕਰਕੇ ਪੰਜਾਬ ਸਟੇਟ ਅਸੈਂਬਲੀ ਦੇ ਵਿੱਚ। ਤੋ ਇਹ ਕਿਸ ਗੱਲ ਦਾ ਸੰਕੇਤ ਆ? ਇਹ ਇਸ ਗੱਲ ਦਾ ਸੰਕੇਤ ਆ ਕਿ ਇੰਡੀਅਨ ਸਟੇਟ ਜਿਹੜਾ ਵੀ ਕੋਈ ਪੁਲਿਸ ਆਫਿਸਰ ਸਿੱਖਾਂ ਦੇ ਉੱਤੇ ਜ਼ੁਲਮੋ ਸਿਤਮ ਕਰੇਗਾ ਉਸ ਨੂੰ ਹਮੇਸ਼ਾ ਰੈਕਗਨਾਈਜ਼ ਕਰਦੇ ਆ, ਉਸ ਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਆ। ਤੋ ਹੁਣ ਦੇਖੋ ਇਸ ਬੰਦੇ ਨੇ 47 ਅਮਰਿੰਦਰ ਸਿੰਘ ਨੇ 47 ਸਿੱਖ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਔਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਸਪੈਸ਼ਲ ਕਾਨੂੰਨ ਬਣਾ ਦਿੱਤੇ ਆ ਜੀ, ਸਟੇਟ ਦੀ ਪੁਲਿਸ ਨੂੰ ਸਪੈਸ਼ਲ ਅਧਿਕਾਰ ਦੇ ਦਿੱਤੇ ਗਏ ਆ। ਇੱਥੋਂ ਤੱਕ ਸਟੇਟ ਦੀ ਟ੍ਰੇਨਿੰਗ ਕੋਈ ਪੈਸਾ ਨਹੀਂ, ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਪੈਨਸ਼ਨਾਂ ਦੇਣ ਨੂੰ ਪੈਸੇ ਨਹੀਂ, ਪਰ ਪੁਲਿਸ ਆਫਿਸਰਾਂ ਨੂੰ ਖਾਸ ਤੌਰ ਤੇ ਇਨਾਮ ਦਿੱਤੇ ਜਾ ਰਹੇ ਆ ਜਿਹੜੇ ਸਿੱਖਾਂ ਦੇ ਉੱਤੇ ਤਸ਼ੱਦਦ ਕਰਦੇ ਆ ਜੀ। ਮੈਂ ਇਹ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਸ ਬੰਦੇ ਨੇ ਅਮਰਿੰਦਰ ਸਿੰਘ ਨੇ ਪ੍ਰੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਰੈਲੀ ਦੇ ਵਿੱਚ ਗੁਟਕਾ ਹੱਥ ਦੇ ਉੱਤੇ ਰੱਖ ਕੇ 40,000 50,000 ਬੰਦਿਆਂ ਦੇ ਇਕੱਠ ਦੇ ਵਿੱਚ ਇਹ ਗੱਲ ਕਹੀ ਸੀ, ਮੈਂ ਗੁਟਕੇ ਨੂੰ ਹੱਥ ਰੱਖ ਕੇ ਸਹੁੰ ਖਾਨਾ ਵੀ ਮੈਂ ਜਿਹੜੀਆਂ ਸਿੱਖਾਂ ਦੇ ਉੱਤੇ ਜ਼ਾਤੀਆਂ ਹੋਈਆਂ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਦੀ ਛਾਣਬੀਣ ਕਰਾ ਕੇ ਉਹਨਾਂ ਨੂੰ ਢੁਕਵੀਆਂ ਸਜ਼ਾਵਾਂ ਦਊਂਗਾ ਜਿਹੜੇ ਜਿਹਨਾਂ ਨੇ ਇਹ ਇਸ ਕਿਸਮ ਦੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ। ਲੇਕਿਨ ਹੁਣ ਜਿਹੜੀ ਆ ਉਹ ਸਾਰੀਆਂ ਗੱਲਾਂ ਭੁੱਲ ਗਏ। ਤੋ ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਹਿਊਮਨ ਰਾਈਟਸ ਵਾਇਲੇਸ਼ਨ ਬਾਕਾਇਦਾ ਕੀਤੀਆਂ ਜਾ ਰਹੀਆਂ। ਆ ਦੇਖੋ ਉਹ ਓਬਾਮਾ ਫਾਰਮਰ ਪ੍ਰੈਜੀਡੈਂਟ ਆਫ ਅਮੈਰੀਕਾ ਹਿੰਦੁਸਤਾਨ ਦੇ ਵਿੱਚ ਆਇਆ ਔਰ ਉਸਨੇ ਖੁੱਲੇ ਤੌਰ ਤੇ ਕਿਹਾ ਵੀ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨਾਲ ਬਹੁਤ ਜ਼ਿਆਦਾ ਜ਼ਾਤੀਆਂ ਕੀਤੀਆਂ ਜਾ ਰਹੀਆਂ ਘਰ ਵਾਪਸੀ ਦੇ ਨਾਂ ਦੇ ਉੱਤੇ। ਇਸੇ ਤਰ੍ਹਾਂ ਵਿਜੀਲੈਂਟੇ ਮਤਲਬ ਗਰੁੱਪ ਬਣੇ ਹੋਏ ਆ ਜਿਹੜੇ ਮਤਲਬ ਲਿੰਚ ਕਰਦੇ ਆ ਪਬਲਿਕਲੀ ਮੁਸਲਮਾਨਾਂ ਦੇ ਨੌਜਵਾਨਾਂ ਨੂੰ। ਸਿੱਖਾਂ ਨਾਲ ਵੀ ਸਿੱਖਾਂ ਦੇ ਇੱਕ ਨੌਜਵਾਨ ਮੁੰਡੇ ਨੇ ਪ੍ਰੋਟੈਸਟ ਕੀਤਾ ਕਿਸੇ ਉੱਥੇ ਢਾਬੇ ਦੇ ਉੱਤੇ ਬੈਠੇ ਦਿੱਲੀ ਦੇ ਕੋਲ, ਬਈ ਭਾਈ ਤੁਸੀਂ ਸਿਗਰਟ ਨਾ ਪੀਓ। ਉਸ ਬੰਦਿਆਂ ਨੇ ਉਸ ਬੱਚੇ ਦੇ ਉੱਤੇ ਗੱਡੀ ਚੜਾ ਦਿੱਤੀ, ਇਕੱਲੇ ਮਾਂ ਬਾਪ ਦਾ ਇਕੱਲਾ ਬੱਚਾ ਸੀ। ਤੋ ਇਸ ਕਿਸਮ ਦੇ ਜ਼ੁਲਮੋ ਸਿਤਮ ਘੱਟ ਗਿਣਤੀਆਂ ਨਾਲ ਜਗ੍ਹਾ ਜਗ੍ਹਾ ਲਗਾਤਾਰ ਹਿੰਦੁਸਤਾਨ ਚ ਹੁੰਦੇ ਜਾ ਰਹੇ ਆ ਔਰ ਹਿੰਦੁਸਤਾਨ ਦੀਆਂ ਜਿਹੜੀਆਂ ਸਟੇਟਾਂ ਦੀਆਂ ਚਾਹੇ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਬਜਾਏ ਉਸ ਨੂੰ ਇੰਟੈਰੋਗੇਟ ਕਰਨ ਦੇ, ਉਹਨਾਂ ਨੂੰ ਸਜ਼ਾ ਦੇਣ ਦੇ, ਉਹ ਉਹਨਾਂ ਲਈ ਚੁੱਪੀ ਧਾਰੀ ਵੀ ਆ ਔਰ ਉਹ ਇੰਡੀਕੇਸ਼ਨ ਦੇ ਰਹੇ ਵੀ ਅਸੀਂ ਤੁਹਾਡੇ ਨਾਲ ਆ ਜਿਹੜੇ ਜ਼ੁਲਮ ਕਰ ਰਹੇ ਆ, ਜਿਹੜੇ ਇਸ ਕਿਸਮ ਦਾ ਅਤਿਆਚਾਰ ਕਰ ਰਹੇ ਆ, ਇਸ ਕਿਸਮ ਦੇ ਲੋਕਾਂ ਨੂੰ ਸ਼ਰੇਆਮ ਦਿਨ ਦਿਹਾੜੇ ਉਹਨਾਂ ਨੂੰ ਲਿੰਚ ਕਰ ਰਹੇ ਆ ਜਗ੍ਹਾ ਜਗ੍ਹਾ ਜਾ। ਤੋ ਇਹ ਸਾਰੀ ਹਿਊਮਨ ਰਾਈਟਸ ਜਿਹੜੇ ਨਾ ਸਾਡੀ ਦੇਖੋ ਧਾਰਮਿਕ ਤੌਰ ਦੇ ਉੱਤੇ ਸਾਡੀ ਆਜ਼ਾਦੀ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਵੀ ਆ, ਆਰਟੀਕਲ 25B ਜਿਹੜੀ ਸਿੱਖਾਂ ਦੀ ਆਈਡੈਂਟੀ ਨੂੰ ਡਿਫਾਈਨ ਕਰਨਾ ਚਾਹੀਦਾ ਸੀ ਉਸ ਦੇ ਉੱਤੇ ਉਹਨਾਂ ਨੇ ਕਲੱਬ ਕਰ ਦਿੱਤਾ ਹਿੰਦੂ ਧਰਮ ਦੇ ਨਾਲ। ਤੋ ਇਹ ਹਰ ਚੀਜ਼ ਦੇ ਉੱਤੇ ਚਾਹੇ ਸਾਡਾ ਆਨੰਦ ਮੈਰਿਜ ਐਕਟ ਆ ਉਹ ਨੀ ਸਾਨੂੰ ਜਿਹੜਾ ਕਿ 1909 ਦੇ ਵਿੱਚ ਪ੍ਰੀ ਪਾਰਟੀਸ਼ਨ ਦੇਸ਼ ਤੋਂ ਸਾਡਾ ਬਣਿਆ ਹੋਇਆ ਸਾਡੇ ਕੋਲ ਕਾਨੂੰਨ ਸੀ ਉਹਦਾ ਅਧਿਕਾਰ ਸੀ ਉਹ ਵੀ ਸਾਡੇ ਖੋ ਲਿਆ ਗਿਆ। ਤੋ ਇਸ ਕਿਸਮ ਦੀਆਂ ਮਤਲਬ ਔਰ ਉਹਦੇ ਵਿੱਚ ਟ੍ਰੈਜਡੀ ਹੈ ਕਿ ਸਾਡੇ ਲੀਡਰ ਜਿਹੜੇ ਆ ਉਹ ਸਾਨੂੰ ਰਿਪ੍ਰੈਜੈਂਟ ਨੀ ਕਰਦੇ, ਉਹ ਅੰਦਰੂਨੀ ਤੌਰ ਤੇ ਸੈਂਟਰ ਨੂੰ ਰਿਪ੍ਰੈਜੈਂਟ ਕਰਦੇ। ਤੋ ਇਸ ਕਿਸਮ ਦੀਆਂ ਜਥੇਬੰਦੀਆਂ ਜਿਸ ਤਰ੍ਹਾਂ RSS ਆ ਇੱਕ ਘਿਨਾਉਣੀ ਮਤਲਬ ਜਿਹੜੀ ਉਹਨਾਂ ਦੀ ਸਾਰੀ ਪਾਲਿਸੀ ਆ ਖਾਸ ਤੌਰ ਤੇ ਘੱਟ ਗਿਣਤੀ ਨਾਲ ਖਾਸ ਤੌਰ ਤੇ ਸਿੱਖਾਂ ਨਾਲ। ਤੋ ਇਹ ਸਾਰੀਆਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਬੜੀ ਫਿਕਰ ਵਾਲੀ ਗੱਲ ਆ। ਹੁਣ ਦੇਖੋ ਬੜੀ ਕਮਾਲ ਦੀ ਗੱਲ ਆ ਕਿ ਜਿਹੜਾ ਕੈਨੇਡਾ ਤੋਂ ਕੈਨੇਡਾ ਦਾ ਡਿਫੈਂਸ ਮਿਨਿਸਟਰ ਇੰਡੀਆ ਦੇ ਵਿੱਚ ਆਇਆ ਜੀ ਔਰ ਉਸ ਦੀ ਬੇਇੱਜ਼ਤੀ ਕੀਤੀ ਗਈ ਜਾਣ ਬੁੱਝ ਕੇ ਉਸਨੂੰ ਇਹ ਕਿਹਾ ਗਿਆ। ਅਮਰਿੰਦਰ ਸਿੰਘ ਨੇ ਇੱਕ ਨਹੀਂ ਅਨੇਕਾਂ ਸਟੇਟਮੈਂਟਾਂ ਦਿੱਤੀਆਂ ਵੀ ਮੈਂ
ਮੈਂ ਇਸ ਨੂੰ ਮਿਲਣ ਨਹੀਂ ਆਉਣਾ ਕਿਉਂਕਿ ਖਾਲਿਸਤਾਨੀ ਹੈ। ਨਾ ਵਿਚਾਰੇ ਨੇ ਕਦੇ ਖਾਲਿਸਤਾਨ ਦੀ ਗੱਲ ਕੀਤੀ, ਉਸ ਬੰਦੇ ਨੇ ਸਿਰਫ ਇੱਕ ਕਿਹਾ ਵੀ ਕੇਸਾਧਾਰੀ ਸਿੱਖ ਆ। ਉਹ ਮਤਲਬ ਇਸੇ ਕਰਕੇ ਹਿੰਦੁਸਤਾਨ ਦੀ ਸਟੇਟ ਨੇ ਵੀ ਉਹਨੂੰ ਕੋਲਡ ਸ਼ੋਲਡਰ ਦਿਖਾਇਆ। ਔਰ ਜਿਹੜਾ ਅਮਰਿੰਦਰ ਸਿੰਘ ਆ, ਇਸ ਨੇ ਤਾਂ ਵੱਧ ਚੜ ਕੇ ਉਸਦੀ ਜਗ੍ਹਾ ਜਗ੍ਹਾ ਜਾ ਕੇ ਬੇਇੱਜ਼ਤੀ ਕੀਤੀ। ਤੋ ਇਹ ਕਿਸ ਕਿਸ ਇਹ ਗੱਲ ਕਿਸ ਕਿਸ ਚੀਜ਼ ਦਾ ਸੰਕੇਤ ਦੇ ਰਹੀ ਆ ਕਿ ਸਿੱਖਾਂ ਦੀ ਆਪਣੀ ਜਿਹੜੀ ਫਿਜ਼ੀਕਲ ਪਹਿਚਾਣ ਆ ਉਹ ਵੀ ਇਹਨਾਂ ਨੂੰ ਮਨਜ਼ੂਰ ਨਹੀਂ ਹੈ। ਮਤਲਬ ਸਾਡੀਆਂ ਹਿਊਮਨ ਰਾਈਟਸ ਵਾਇਲੇਸ਼ਨ ਇਸ ਕਿਸਮ ਦੀਆਂ ਹੋ ਰਹੀਆਂ ਜਿਸ ਦੀ ਕੋਈ ਇੰਤਹਾ ਹੀ ਨਹੀਂ। ਹੁਣ ਤੁਹਾਨੂੰ ਮੈਂ ਇੱਕ ਦੱਸਾਂ, ਵਾਜਪਾਈ ਨੂੰ ਮੰਨਿਆ ਜਾਂਦਾ ਨਾ ਵੀ ਬੜਾ ਅੱਛਾ ਪ੍ਰਾਈਮ ਮਿਨਿਸਟਰ ਸੀ ਜੀ। ਉਹ 36 ਸਿੰਘਪੁਰਾ ਜਿਹੜਾ ਕਸ਼ਮੀਰ ਦੇ ਵਿੱਚ 39 ਬੇਰਹਿਮ ਸਿੱਖਾਂ ਦੀ ਸਿੱਖਾਂ ਦਾ ਕਤਲੋਗਾਰ ਕੀਤਾ ਗਿਆ, ਜਿਹਦੇ ਵਿੱਚ ਬੱਚੇ ਵੀ ਸੀ, ਔਰਤਾਂ ਵੀ ਸੀ, ਬੁੱਢੇ ਵੀ ਸੀ, ਬਿਮਾਰ ਵੀ ਸੀ। ਔਰ ਉਸ ਗੱਲ ਦਾ ਇੱਕ ਕਿਤਾਬ ਆ ਮਾਈਟੀ ਐਂਡ ਦਾ ਆਲ ਮਾਈਟੀ ਜਿਹੜੀ ਲਿਖੀ ਵੀ ਆ ਸੈਕਰਟਰੀ ਆਫ ਸਟੇਟ ਦੀ, ਜਿਹੜੀ ਉਸ ਵੇਲੇ ਬਿਲ ਕਲਿੰਟਨ ਦੀ ਸੈਕਰਟਰੀ ਆਫ ਸਟੇਟ ਸੀ ਜੀ ਬਿਲਕੁਲ। ਜਿਸ ਦਿਨ ਬਿਲ ਕਲਿੰਟਨ 2001 ਦੇ ਵਿੱਚ ਹਿੰਦੁਸਤਾਨ ਚ ਆਇਆ ਔਰ ਉਸਨੇ ਉਸ ਕਿਤਾਬ ਦੇ ਫੋਰਵਰਡ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵੀ ਮੈਂ ਇਸ ਗੱਲ ਦੇ ਮੇਰੇ ਮਨ ਤੇ ਬੋਝ ਆ ਕਿਉਂਕਿ ਮੇਰੇ ਆਉਣ ਕਰਕੇ ਇਹ ਸਿੱਖ ਜਿਹੜੇ 39 ਸਿੱਖ ਆ ਉਹਨਾਂ ਦਾ ਕਤਲੋਗਾਰਤ ਕਰਵਾ ਦਿੱਤਾ ਗਿਆ ਹਿੰਦੂ ਮਿਲੀਟੈਂਟਸ ਤੋਂ। ਉਹਨੇ ਲਫ਼ਜ਼ ਹਿੰਦੂ ਮਿਲੀਟੈਂਟਸ ਲਿਖਿਆ ਹੋਇਆ ਉਸਦੇ ਫੋਰਵਰਡ ਦੇ ਵਿੱਚ। ਤੋ ਇਹ ਗੱਲ ਬੜੀ ਵੱਡੀ ਆ, ਬੜੀ ਇੰਪੋਰਟੈਂਟ ਗੱਲ ਆ ਔਰ ਇੱਕ ਬਹੁਤ ਕਾਲਾ ਧੱਬਾ ਜਿਹੜਾ ਵਾਜਪਾਈ ਆ ਉਸਦੇ ਨਾਂ ਦੇ ਉੱਤੇ ਕਾਲਾ ਧੱਬਾ। ਔਰ ਉਸਨੇ ਇਸ ਗੱਲ ਦਾ ਕਦੇ ਜਵਾਬ ਨਹੀਂ ਦਿੱਤਾ ਪੋਲੀਟੀਕਲੀ। ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਕਸ਼ਮੀਰ ਦੀ ਸਰਕਾਰ ਸੀ ਉਹਨੇ ਮੁਸਲਮਾਨਾਂ ਨੂੰ ਇਹ ਵਿਚਾਰਿਆਂ ਨੂੰ ਕਤਲ ਕਰ ਦਿੱਤਾ ਵੀ ਉਹ ਜ਼ਿੰਮੇਵਾਰ ਜੀ। ਜਿੱਥੇ ਕਿ ਕਰਾਇਆ ਗਿਆ ਇਹ ਸ਼ੋਅ ਕਰਨ ਲਈ ਵੀ ਸ਼ਾਇਦ ਮੁਸਲਮਾਨਾਂ ਨੂੰ ਮਿਲੀਟੈਂਟਾਂ ਨੂੰ ਬਦਨਾਮ ਕੀਤਾ ਜਾਵੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੀਆਂ ਨਜ਼ਰਾਂ ਦੇ ਵਿੱਚ। ਔਰ ਮਾਰ ਦਿੱਤੇ ਨਿਰਦੋਸ਼ ਸਿੱਖ ਬੱਚੇ ਨੌਜਵਾਨ ਔਰ ਅੱਜ ਕਈ ਵਿਚਾਰੇ ਲਵਾਰਸ ਫੈਮਿਲੀਆਂ ਹੋ ਗਈਆਂ ਉਸ ਦੀਆਂ। 1984 ਨਵੰਬਰ ਦੇ ਵਿੱਚ ਕੀ ਹੋਇਆ ਸਾਰੀ ਦੁਨੀਆਂ ਜਾਣਦੀ ਆ, ਅੱਜ ਤੱਕ ਇੱਕ ਵੀ ਬੰਦੇ ਨੂੰ ਉਸਦੀ ਸਜ਼ਾ ਨਹੀਂ ਦਿੱਤੀ ਗਈ। ਔਰ ਬੜੀ ਦੁਖਦਾਈ ਗੱਲ ਹੈ ਕਿ ਅਮਰਿੰਦਰ ਸਿੰਘ ਨੇ ਉਹਨਾਂ ਬੰਦਿਆਂ ਦੀ ਜਿਹਨਾਂ ਨੇ ਇਸ ਗੱਲ ਦੇ ਵਿੱਚ ਜਿਹਨਾਂ ਦੀ ਸ਼ਮੂਲੀਅਤ ਸੀ ਉਹਨਾਂ ਨੂੰ ਮਤਲਬ ਰੈਕਗਨਾਈਜ਼ ਕਰ ਰਿਹਾ, ਉਹਨਾਂ ਨੂੰ ਕਹਿ ਰਿਹਾ ਵੀ ਇਹ ਜ਼ਿੰਮੇਵਾਰ ਨਹੀਂ ਸੀ ਇਸ ਗੱਲ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਸਾਡਾ ਕੋਈ ਵਾਲੀਵਾਸ ਨਹੀਂ, ਸਾਡੀ ਕੋਈ ਸੁਣਵਾਈ ਨਹੀਂ, ਸਾਡੇ ਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਦੁਨੀਆਂ ਦੀ ਜਥੇਬੰਦੀ ਜੇ ਮਾੜਾ ਮੋਟਾ ਸਾਡੇ ਨਾਲ ਹਮਦਰਦੀ ਕਰਦੀ ਹੈ ਤਾਂ ਉਹਨਾਂ ਨੂੰ ਐਂਟੀ ਨੈਸ਼ਨਲ ਐਂਟੀ ਇੰਡੀਆ ਕਹਿ ਕੇ ਕੰਡੈਮ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਜਾਂਦਾ ਜੀ। ਡਾਕਟਰ ਢਿੱਲੋਂ ਜਿਵੇਂ ਤੁਸੀਂ ਇਹ ਸਾਰੇ ਪਾਠ ਨੂੰ ਬਿਆਨ ਕੀਤਾ, ਤੁਸੀਂ ਇੱਕ ਪਿਛੋਕੜ ਦੇ ਵਿੱਚ ਜੋ ਖਾਸ ਤੌਰ ਤੇ ਸਿੱਖਾਂ ਦੇ ਨਾਲ ਸਿੱਖਾਂ ਦੇ ਖਿਲਾਫ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਉਹਦਾ ਇੱਕ ਵੇਰਵਾ ਦਿੱਤਾ। ਜਦੋਂ ਅਸੀਂ ਅੱਜ ਜਿਸ ਮੁਕਾਮ ਤੇ ਜਾਂ ਐਜ਼ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਨੂੰ ਟ੍ਰਿਬਿਊਟ ਦਿੰਦੇ ਹਾਂ, ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਤਾਂ ਇੰਟਰਨੈਸ਼ਨਲੀ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਇਹਦਾ ਮਕਸਦ ਇਹੀ ਸੀ ਵੀ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾਵੇ। ਸੋ ਹਿਊਮਨ ਰਾਈਟਸ ਦੇ ਨਾਲ ਸੰਬੰਧਿਤ ਜਿਹੜੀਆਂ ਆਰਗਨਾਈਜੇਸ਼ਨਸ ਨੇ ਉਹ ਐਮਨੈਸਟੀ ਇੰਟਰਨੈਸ਼ਨਲ ਹੋਵੇ ਜਾਂ ਯੂਨਾਈਟਿਡ ਨੇਸ਼ਨਸ ਦੇ ਨਾਲ ਜਿਹੜੀਆਂ ਐਫੀਲੀਏਟਿਡ ਆਰਗਨਾਈਜੇਸ਼ਨਸ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਸਾਲਾਨਾ ਰਿਪੋਰਟਸ ਨੇ ਉਹ ਵੀ ਕੱਢੀਆਂ ਜਾਂਦੀਆਂ ਨੇ, ਮੌਕੇ ਤੇ ਜਾ ਕੇ ਮੁਆਇਨਾ ਵੀ ਕੀਤਾ ਜਾਂਦਾ ਹੈ, ਜਾਂਚ ਵੀ ਕੀਤੀ ਜਾਂਦੀ ਹੈ, ਤੇ ਫਿਰ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਹੈ ਜਿਹੜਾ ਉਹ ਵੀ ਬਿਲਡ ਕੀਤਾ ਜਾਂਦਾ ਜਾਂ ਉਹਦੀ ਕੋਸ਼ਿਸ਼ ਹੁੰਦੀ ਹੈ। ਜਿਵੇਂ ਹਾਲ ਹੀ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਰਿਪੋਰਟ ਸੀ 4 ਦਿਨ ਪਹਿਲਾਂ ਕਿ ਇੰਡੀਆ ਜਿਹੜਾ ਹੈਗਾ ਉਹ ਇੱਕ ਡੈਡਲੀਐਸਟ ਕੰਟਰੀਜ਼ ਦੇ ਵਿੱਚ ਹੈ ਜਿੱਥੇ ਹਿਊਮਨ ਰਾਈਟਸ ਵਰਕਰਸ ਨੂੰ ਬਹੁਤ ਵੱਡਾ ਖਤਰਾ ਹੈਗਾ। ਸੋ ਇੱਦਾਂ ਦੀਆਂ ਰਿਪੋਰਟਸ ਜਿਹੜੀਆਂ ਇੰਟਰਨੈਸ਼ਨਲੀ ਨਿਕਲਦੀਆਂ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਸਰਕਾਰ ਦੇ ਉੱਪਰ ਪੈਂਦਾ ਜਾਂ ਮਾਈਨੋਰਿਟੀਜ਼ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੀ ਆਵਾਜ਼ ਬਾਹਰੋਂ ਉੱਠਦੀ ਹੈ ਇੰਟਰਨੈਸ਼ਨਲੀ ਇਹਨਾਂ ਰਿਪੋਰਟਸ ਦੇ ਜ਼ਰੀਏ ਤੇ ਓਵਰਆਲ ਉਹਨਾਂ ਦਾ ਇਫੈਕਟ ਹੁੰਦਾ ਕੋਈ? ਮੇਰਾ ਨਹੀਂ ਖਿਆਲ ਉਹਨਾਂ ਦਾ ਕੋਈ ਇਫੈਕਟ ਹੁੰਦਾ 1% ਵੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇੰਨੀ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਕਿ ਮਤਲਬ ਜਿਹੜਾ ਹਿੰਦੂਤਵ ਹੈ ਉਸ ਨੂੰ ਇੰਨੀ ਜ਼ਿਆਦਾ ਤੂਲ ਦਿੱਤਾ ਜਾ ਰਿਹਾ ਜਿਸ ਦੇ ਨਾਲ ਕਿ ਲੋਕ ਇਹ ਸਮਝਦੇ ਆ ਵੀ ਸਾਨੂੰ ਤਾਂ ਅੱਜ ਕਈ ਹਜ਼ਾਰ ਸਾਲ ਕਈ ਸੈਂਕੜੇ ਸਾਲਾਂ ਤੋਂ ਬਾਅਦ ਅੱਜ ਸਾਨੂੰ ਰਾਜ ਮਿਲਿਆ ਹਿੰਦੂ ਰਾਜ। ਉਹ ਹਿੰਦੂ ਰਾਸ਼ਟਰ ਦੀ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਔਰ ਜਦੋਂ ਤੁਸੀਂ ਇੰਨਾ ਜ਼ਿਆਦਾ ਪੋਲਰਾਈਜੇਸ਼ਨ ਕਰ ਦੋਗੇ, ਇੰਨਾ ਜ਼ਿਆਦਾ ਕਮਿਊਨਲਾਈਜ਼ ਕਰ ਦੋਗੇ ਸਾਰੀ ਪੋਲੀਟੀਕਲ ਸਿਚੁਏਸ਼ਨ ਨੂੰ, ਤਾਂ ਉਸ ਦੇ ਵਿੱਚ ਹਿਊਮਨ ਰਾਈਟਸ ਨੂੰ ਕੌਣ ਪੁੱਛੇਗਾ?
ਹਿਊਮਨ ਰਾਈਟਸ ਦੀ ਗੱਲ ਕਰਨ ਲਈ ਬਹੁਤ ਵੱਡਾ ਵਿਸ਼ਾਲ ਹਿਰਦਾ ਚਾਹੀਦਾ ਬੰਦੇ ਦਾ, ਵਿਸ਼ਾਲ ਮਨ ਚਾਹੀਦਾ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਜ਼ਰੀਆ ਸੀ, ਕਿੱਡੀ ਵੱਡੀ ਉਹਨਾਂ ਦੀ ਮਨ ਸੀ, ਕਿੱਡਾ ਵੱਡੀ ਉਹਨਾਂ ਦੀ ਆਤਮਾ ਸੀ, ਜਿਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਮੁਸਲਮਾਨ ਵੀ ਹਿੰਦੂਆਂ ਦੇ ਖਿਲਾਫ਼ ਤੁਸੀਂ ਇਸ ਕਿਸਮ ਦਾ ਇਸ ਕਿਸਮ ਦਾ ਜ਼ੁਲਮੋ ਸਿਤਮ ਨਹੀਂ ਕਰ ਸਕਦੇ, ਔਰ ਉਹਨਾਂ ਨੇ ਆਪ ਸ਼ਹਾਦਤ ਦਿੱਤੀ ਕਿ ਹਿੰਦੂਆਂ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਮੁਤਾਬਕ ਉਹਨਾਂ ਦਾ ਧਰਮ ਮੰਨਣ ਦਾ ਅਧਿਕਾਰ ਹੈ, ਬਰਥ ਰਾਈਟ ਹੈ ਜੀ। ਬਿਲਕੁਲ, ਇਸ ਕਿਸਮ ਦੀ ਗੱਲ ਕਰਨ ਵਾਲਾ ਅੱਜ ਦੁਨੀਆਂ ਦੇ ਵਿੱਚ ਮੈਨੂੰ ਨੀ ਲੱਗਦਾ ਕੋਈ ਹੈ, ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ। ਕਿੰਨੇ ਕਤਲ ਕੀਤੇ ਗਏ ਆ, ਹੁਣ ਉੱਥੇ ਕਰਨਾਟਕਾ ਦੇ ਵਿੱਚ ਉਹ ਲੇਡੀ ਕਤਲ ਕਰ ਦਿੱਤੀ ਜਿਹੜੀ ਬੜੀ ਅੱਛੀ ਹਿਊਮਨ ਰਾਈਟਸ ਦੀ ਗੱਲ ਕਰਦੀ ਸੀ, ਵਾਈਸ ਚਾਂਸਲਰ ਲੈਵਲ ਦੇ ਬੰਦਿਆਂ ਨੂੰ ਕਤਲ ਕਰ ਦਿੱਤਾ, ਹਾਲੇ ਤੱਕ ਉਹਨਾਂ ਦਾ ਕੋਈ ਵਜੂਦ ਨੀ ਨਿਕਲਿਆ ਜੀ। ਇਹੀ ਨੀ ਪਤਾ ਲੱਗਿਆ ਵੀ ਉਹਨਾਂ ਨੂੰ ਕਤਲ ਕਰਨ ਵਾਲਾ ਕੌਣ ਆ, ਔਰ ਉਹਨਾਂ ਦੇ ਜਿਹੜੇ ਜਿਹਨਾਂ ਤੇ ਸ਼ੱਕ ਕੀਤਾ ਜਾ ਰਿਹਾ ਐਕਸਟ੍ਰੀਮ ਹਿੰਦੂ ਆਰਗੇਨਾਈਜੇਸ਼ਨ ਤੇ, ਉਹ ਦੰਦ ਲਾਉਂਦੇ ਫਿਰਦੇ ਆ, ਉਹ ਛਾਤੀ ਤੇ ਹੱਥ ਮਾਰਦੇ ਫਿਰਦੇ ਆ। ਤੋ ਇਸ ਕਿਸਮ ਦੀ ਕਮਿਊਨਲ ਜਿਹੜੀ ਪੋਲਰਾਈਜੇਸ਼ਨ ਹੈ ਉਹ ਬੜੀ ਹੀ ਘਾਤਕ ਆ, ਖਾਸ ਤੌਰ ਦੇ ਉੱਤੇ ਘੱਟ ਗਿਣਤੀਆਂ ਲਈ ਤੇ ਖਾਸ ਤੌਰ ਤੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ। ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਰਾਈਟਰ ਆ, ਜਿਹੜੇ ਚੰਗੇ ਰੈਸ਼ਨਲ ਜਰਨਲਿਸਟ ਆ ਜਾਂ ਹੋਰ ਆ, ਉਹਨਾਂ ਨੂੰ ਬਹੁਤ ਖਤਰਾ ਮੰਨਿਆ ਹੋਇਆ, ਕਈ ਜਰਨਲਿਸਟਾਂ ਨੂੰ ਕਤਲ ਕਰ ਦਿੱਤਾ ਗਿਆ ਜੀ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹ ਸਿਰਫ ਲੈਜੀਟੀਮੇਸੀ ਦਿੱਤੀ ਜਾ ਰਹੀ ਆ ਹਿੰਦੂ ਰਾਸ਼ਟਰ ਨੂੰ, ਔਰ ਉਸ ਦੇ ਪਿੱਛੇ ਜਿਹੜਾ ਬੇਗੁਨਾਹਾਂ ਦਾ ਖੂਨ, ਬੇਗੁਨਾਹਾਂ ਦੇ ਕਤਲ, ਬੇਗੁਨਾਹਾਂ ਤੇ ਜ਼ੁਲਮੋ ਸਿਤਮ ਜਿਹੜਾ ਹੈ ਉਹ ਸਰਕਾਰਾਂ ਵੀ ਲੈਜੀਟੀਮਾਈਜ਼ ਕਰਦੀਆਂ। ਜਿਸ ਤਰ੍ਹਾਂ ਮੈਂ ਹੁਣ ਅਮਰਿੰਦਰ ਸਿੰਘ ਦੀ ਗੱਲ ਕੀਤੀ ਜੀ, ਪਹਿਲਾਂ ਇਲੈਕਸ਼ਨ ਰਿਜ਼ਲਟ ਇਲੈਕਸ਼ਨ ਵੇਲੇ ਗੁਟਕੇ ਤੇ ਸੌਂਕ ਆ ਰਿਹਾ, ਉਸ ਤੋਂ ਬਾਅਦ ਗੁਟਕੇ ਨੂੰ ਭੁੱਲ ਗਏ ਤੇ ਫਿਰ ਉਸ ਤੋਂ ਬਾਅਦ ਮਤਲਬ ਸਿੱਖਾਂ ਤੇ ਹੀ ਜ਼ੁਲਮੋ ਸਿਤਮ ਸ਼ੁਰੂ ਕਰ ਦਿੱਤਾ, ਜਿਹਨਾਂ ਨੇ ਇਹਨੂੰ ਵੋਟਾਂ ਪਾ ਕੇ ਜਿਤਾਇਆ। ਇਹੀ ਗੱਲ ਐਗਜੈਕਟਲੀ ਬਾਦਲ ਨੇ ਕੀਤੀ ਸੀ, ਇਹੀ ਬੇਅੰਤ ਸਿੰਘ ਨੇ ਕੀਤੀ, ਇਹੀ ਕੈਰੋ ਨੇ ਕੀਤੀ, ਕੋਈ ਕਿਸੇ ਵੀ ਚੀਫ ਮਿਨਿਸਟਰ ਨੇ, ਪੰਜਾਬ ਦੇ ਚੀਫ ਮਿਨਿਸਟਰ ਨੇ ਸਿੱਖਾਂ ਦੀ ਵਾਗਡੋਰ ਨੀ ਸੰਭਾਲੀ, ਉਹ ਕਿਉਂਕਿ ਇੰਡੀਅਨ ਸਟੇਟ ਜਿਹੜੀ ਆ ਉਹ ਕਦੇ ਵੀ ਸਿੱਖਾਂ ਤੇ ਰਹਿਮ ਨੀ ਕਰਦੀ, ਸਿੱਖਾਂ ਤੇ ਜ਼ੁਲਮੋ ਸਿਤਮ ਹੀ ਕਰਦੀ ਆ, ਇਹੀ ਉਹਨਾਂ ਦੀ ਸੈਟਲਡ ਪਾਲਿਸੀ ਆ ਸਟੇਟ ਦੀ ਸਿੱਖਾਂ ਪ੍ਰਤੀ, ਚਾਹੇ ਉਹਨਾਂ ਨੂੰ ਮਤਲਬ ਪੋਲੀਟੀਕਲੀ ਉਹਨਾਂ ਦੇ ਰਾਈਟਸ ਦੀ ਗੱਲ ਆ, ਚਾਹੇ ਉਹਨਾਂ ਦੇ ਇਕਨੋਮਿਕ ਰਾਈਟਸ ਦੀ ਗੱਲ ਆ, ਚਾਹੇ ਉਹਨਾਂ ਦੇ ਸੋਸ਼ਲ ਰਾਈਟਸ ਦੀ ਗੱਲ ਆ, ਕਿਸੇ ਵੀ ਆਸਪੈਕਟ ਤੋਂ ਸਿੱਖਾਂ ਨੂੰ ਰਾਹਤ ਹਿੰਦੁਸਤਾਨ ਦੇ ਵਿੱਚ ਮਿਲਣੀ ਪੋਸੀਬਲ ਨਹੀਂ ਹੈ ਜੀ। ਡਾਕਟਰ ਢਿੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਾਰੇ ਇਸ਼ੂ ਦੇ ਉੱਪਰ, ਅੱਜ ਹਿਊਮਨ ਰਾਈਟਸ ਡੇ ਦੇ ਮੌਕੇ ਦੇ ਉੱਪਰ ਤੁਸੀਂ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਕਿੱਦਾਂ ਦੀ ਸਿਚੁਏਸ਼ਨ ਹੈਗੀ ਆ ਉਸ ਬਾਰੇ ਵੇਰਵੇ ਸਹਿਤ ਸਾਨੂੰ ਜਾਣਕਾਰੀ ਵੀ ਦਿੱਤੀ ਹੈ ਤੇ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈੱਸ 'ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।